ਚਤਰੰਗ ਇਹ ਚਤਰੰਗ ਦੇ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਇਹਦੇ ਵਿੱਚ ਚਾਰ ਅੰਗ ਹੁੰਦੇ ਆ ਗਾਇਨ ਦੇ ਪਹਿਲਾ ਗੀਤ ਫਿਰ ਤਰਾਨਾ ਵਿੱਚ ਆਉਂਦੇ ਤਰਾਨੇ ਦੇ ਬੋਲ ਤੇ ਤਿੰਨ ਨੰਬਰ 'ਤੇ ਸਰਗਮਾਂ ਅਤੇ ਚੌਥੇ ਨੰਬਰ 'ਤੇ ਫਿਰ ਕੋਈ ਨਾ ਕੋਈ ਮ੍ਰਿਦੰਗ ਦੀ ਪੜਨ ਵਗੈਰਾ ਹੁੰਦੀ ਹੈ ਅਤੇ ਇਹ ਚਤਰੰਗ ਦੇ ਵਿੱਚ ਭੰਗਾਣੀ ਦਾ ਯੁੱਧ ਕਥਨ ਕੀਤਾ ਹੈ ਜੋ ਦਸਵੇਂ ਪਾਤਸ਼ਾਹ ਜੀ ਨੇ ਪਹਾੜੀਆਂ ਦਾ ਯੁੱਧ ਲੜਿਆ ਸੀਗਾ ਭੰਗਾਣੀ ਦਾ ਪਹਿਲਾ ਯੁੱਧ ਸੀ ਸਤਿਗੁਰਾਂ ਦਾ ਪਹਿਲਾ ਯੁੱਧ ਸੀ ਇਹ ਉਹ ਜਦੋਂ ਫਿਰ ਗੁਰੂ ਸਾਹਿਬ ਜੀ ਦੇ ਸਾਹਮਣੇ ਮਹਾਰਾਜ ਦੇ ਤੀਰ ਚੱਲਦੇ ਨੇ ਜਿਹੜੇ ਸਨਮੁੱਖ ਯੋਧੇ ਸਾਹਮਣੇ ਜੂਝ ਜੂਝ ਕੇ ਸ਼ਹੀਦੀਆਂ ਪਾਉਂਦੇ ਆ ਉਹਨਾਂ ਸ਼ਹੀਦਾਂ ਨੂੰ ਵਰਨ ਵਾਸਤੇ ਸਵਰਗ ਦੇ ਵਿੱਚੋਂ ਪਰੀਆਂ ਆਉਂਦੀਆਂ ਅਪਸ਼ਰਾ ਵੰਗ ਵਰਨ ਵੀਰ ਗੰਗ ਗਗਨ ਹੋਰ ਗਗਨ ਹੋਰ ਉਹ ਆਕਾਸ਼ ਦੇ ਵਿੱਚ ਖੜੀਆਂ ਖੰਗ 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 ਖੜੀ ਨੰਗ 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 ਨਿਰਤ ਕਰਤ ਨਿਰਤ ਕਰਤ ਉਹ ਖੁਸ਼ੀ ਵਿੱਚ ਭਰੀਆਂ ਹੋਈਆਂ ਆਕਾਸ਼ ਵਿੱਚ ਖੜੀਆਂ ਨਿਰਤ ਕਰਦੀਆਂ ਅਤੇ ਸਤਿਗੁਰਾਂ ਦੇ ਤੜ 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 ਚਲਤ ਤੁਪਕ ਗੁਰੂ ਸਾਹਿਬਾਂ ਦੇ ਯੋਧੇ ਜੋ ਹਥਿਆਰ ਬੰਦੂਕਾਂ ਚਲਾ ਰਹੇ ਹੈ ਤੜ 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 ਚਲਤ ਤੁਪਕ ਡਿਗਤ ਅਰਨ ਝੁੰਡ ਦੜ ਦੜ ਇਹ ਸਾਰਾ ਕੁਛ ਇਹਦੇ ਵਿੱਚ ਕਥਨ ਕੀਤਾ ਹੈ ਸੋ ਸੁਣੋ ਤਾਂ ਮਾਤਾ ਮਾਤਾ।